ਇਸ ਵੇਲੇ ਦੀ ਵੱਡੀ ਖਬਰ, ਸ਼੍ਰੋਮਣੀ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਵਿਚਕਾਰ ਹੋਈ ਖੂਨੀ ਝਪਟ, ਜਿਸ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋ ਗਈ। ਜੀ ਹਾਂ, ਅੰਮ੍ਰਿਤਸਰ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਿੱਚ ਹੋਈ ਖੂਨੀ ਝਪਟ। ਬੈਠ ਕੇ ਖਾਣਾ ਖਾ ਰਹੇ ਸਨ ਕਮੇਟੀ ਮੈਂਬਰ, ਤੂੰ ਮੈਂ ਇੰਨੀ ਵੱਧ ਗਈ ਕਿ ਇੱਕ ਮੈਂਬਰ ਵੱਲੋਂ ਦੂਜੇ ਮੈਂਬਰ ਤੇ ਤਲਵਾਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਅਕਾਊਂਟੈਂਟ ਬਰਾਂਚ ਦੇ ਅਧਿਕਾਰੀ ਦਰਬਾਰਾ ਸਿੰਘ ਦੀ ਜਾਨ ਚਲੀ ਗਈ। ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਵੱਲੋਂ ਕੀਤਾ ਗਿਆ ਹਮਲਾ। SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਪਹਿਲਾਂ ਆਪਸ ਵਿੱਚ ਵਰਤਦੇ ਸੀ, ਆਣਾ ਜਾਣਾ ਸੀ, ਫਿਰ ਪਰਿਵਾਰਕ ਦਖਲ ਅੰਦਾਜ਼ੀ ਹੋ ਗਈ ਤੇ ਇਸ ਦੌਰਾਨ ਉਹਨਾਂ ਵੱਲੋਂ ਇੱਕ ਝਪਟ ਹੋ ਗਈ ਤੇ ਸੁਖਬੀਰ ਸਿੰਘ ਨੇ ਗੁੱਸੇ ਵਿੱਚ ਦਰਬਾਰਾ ਸਿੰਘ ਦੇ ਖੰਜਰ ਮਾਰ ਦਿੱਤਾ ਗਿਆ। ਖੰਜਰ ਉਸਦੇ ਦਿਲ ਤੇ ਲੱਗਣ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਇਸ ਝਪਟ ਵਿੱਚ ਸੁਖਬੀਰ ਸਿੰਘ ਵੀ ਜ਼ਖਮੀ ਹੋ ਗਿਆ। ਸੁਖਬੀਰ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।